ਬੀਵੀਆਂ ਨੂੰ ਕਈ ਲੋਕ ਚਾਹੁੰਦੇ ਵਿੱਚੋਂ ਕਰਤਾ ਦੇ ਕਿੱਦਾਂ ਕਰਤਾ ਦੇ ਯਾਰ ਬੀਵੀਆਂ ਨੂੰ ਅੱਲਾਹ ਤਾਲਾ ਚੁਣ ਕੇ ਰਸੂਲਾਂ ਦੇ ਘਰ ਚ ਲਿਆਇਆ ਸੂਰਤ ਅਹਜ਼ਾਬ ਪੜਿਆ ਪਤਾ ਲੱਗਦਾ ਵੀ ਇਹਨਾਂ 'ਚੋਂ ਕੋਈ ਵੀ ਉੱਦਾਂ ਨਹੀਂ ਨਿਕਾਹ 'ਚ ਆਈ ਜਿੱਦਾਂ ਲੋਕ ਇੱਕ ਦੂਸਰੇ ਨਾਲ ਰਿਸ਼ਤੇਦਾਰੀਆਂ ਕਰਦੇ ਵੀ ਮੈਨੂੰ ਪਸੰਦ ਆ ਗਈ ਉਹਦੇ ਮਾਪਿਆਂ ਇੱਦਾਂ ਨਹੀਂ ਗੱਲ ਹੈ ਇਹ ਕੁਰਾਨ ਤੋਂ ਵੀ ਪਤਾ ਲੱਗਦਾ ਹਦੀਸੇ ਰਸੂਲ ਤੋਂ ਵੀ ਪਤਾ ਚੱਲਦਾ ਕਿ ਰਸੂਲ ਕਰੀਮ ਅਲੈਹਿ ਸਲਾਮ ਦੇ ਘਰ ਜਿੰਨੀਆਂ ਅਜ਼ਵਾਜ਼ੇ ਮੁਤਹਰਾਤ ਆਈਆਂ ਇਹ ਸਾਰੀਆਂ ਅੱਲਾਹ ਤਾਲਾ ਦਾ ਆਪਣਾ ਇੰਤਖਾਬ ਹੈ ਕਿਸੇ ਲਈ ਵੱਖਰਾ ਬਿਆਨ ਆ ਜਾਂਦਾ ਕਿ ਅੰਮਾ ਆਇਸ਼ਾ ਰਜ਼ੀ ਅਲਾਹ ਪਹਿਲਾਂ ਹੀ ਹਜ਼ੂਰ ਨੇ ਵਹੀ ਦੇ ਜ਼ਰੀਏ ਖਾਬ 'ਚ ਵੇਖਿਆ ਸੀ ਅੱਲਾਹ ਨੇ ਦਿਖਾਇਆ ਰੇਸ਼ਮ ਦੇ ਕੱਪੜੇ ਔਰ ਦੱਸਿਆ ਗਿਆ ਕਿ ਤੇਰੀ ਬੀਵੀ ਬਣਨ ਵਾਲੀ ਹਜ਼ਰਤ ਖਦੀਜਾ ਬਣੀਆਂ ਜੋ ਵੀ ਹੈ ਇੰਤਖਾਬ ਅੱਲਾਹ ਦਾ ਅੱਲਾਹ ਤਾਲਾ ਇਹਨੂੰ ਇੱਕ ਮਕਸਦ ਦੇ ਤਹਿਤ ਲਿਆ ਔਰ ਇਹ ਕੋਈ ਉੱਦਾਂ ਦੀਆਂ ਔਰਤਾਂ ਨਹੀਂ ਜਿਵੇਂ ਲੋਕ ਵਿਆਹ ਸ਼ਾਦੀ ਕਰ ਰਿਹਾ ਕਾਫਰਾਂ ਨੂੰ ਤਦੇ ਸਮਝ ਨਹੀਂ ਨਾ ਆਉਂਦੀ ਕਿ ਪੈਗੰਬਰ ਨੇ ਇੰਨੇ ਨਿਕਾਹ ਕੀਤੇ ਸੀ ਪੈਗੰਬਰ ਨੇ ਫਿਰ ਔਰਾਤ ਜਾਣੀ ਕੋਈ ਉਹਨਾਂ 'ਚ ਜੰਮਿਆ ਇੱਕ 'ਚ ਔਰਾਤ ਹੋਈ ਹੈ ਪੈਗੰਬਰ ਨੂੰ ਇਹ ਧੰਦਾ ਸੀ ਦਿਨ ਰਾਤ ਜਿਹਾਦ ਔਰ ਦਿਨ ਰਾਤ ਨਮਾਜ਼ਾਂ ਅਤੇ ਤਹਜਦਾਂ 'ਤੇ ਹਰ ਵੇ ਪੈਰ ਸੁੱਜਦੇ ਸੀ ਕੰਬਖਤੋਂ ਤੁਸੀਂ ਨਬੀ ਨੂੰ ਸਮਝੋ ਤਾਂ ਤੁਹਾਨੂੰ ਅਕਲ ਆਵੇ ਨਾ ਵੀ ਉਹ ਕਿਉਂ ਇਹਦੇ ਲਈ ਦਾਇਰਾ ਖੁੱਲ੍ਹਾ ਕੀਤਾ ਗਿਆ ਪੈਗੰਬਰ ਖੁਦਾ ਸਲਸਲ ਪੂਰੀ ਉਮਤ ਦੁਨੀਆ ਲਈ ਸੀ ਰਹਿਬਰ ਹਾਦੀ ਮਰਦਾਂ 'ਚ ਹਜ਼ੂਰ ਕੰਮ ਕਰਦੇ ਸੀ ਮਗਰ ਇਸ ਖਾਤਰ ਵੀ ਔਰਤਾਂ 'ਚ ਹਜ਼ੂਰ ਦਾ ਕੰਮ ਕੌਣ ਸੰਭਾਲੇ ਇਹ ਕਾਰੇ ਨਬੂਵਤ ਜਿਹੜਾ ਨਬੀ ਦਾ ਕੰਮ ਕਿ ਦੀਨ ਦੇ ਸਕੂਲ ਖੁੱਲ੍ਹ ਜਾਣ ਔਰ ਹਰ ਕਬੀਲੇ ਦੀਆਂ ਔਰਤਾਂ ਬਿਲਾ ਝਿਜਕਾਉਣ ਵੀ ਸਾਡੀ ਆਪਣੀ ਬੱਚੀ ਹਜ਼ੂਰ ਦੇ ਘਰ ਬੈਠੀ ਅਤੇ ਆ ਕੇ ਦੀਨ ਸਿੱਖਣ ਇਹ ਨਬੀ ਦਾ ਕੰਮ ਸੀ ਉਹ ਮਰਦਾਂ ਨਾਲ ਨਿਬੜਦਾ ਹੀ ਹੈ ਨਾ ਥੋੜ੍ਹੀ ਜਿਹੀ ਉਮਰ ਸੀ ਇਸ ਤੋਂ ਅੱਲਾਹ ਤਾਲਾ ਨੇ ਐਸੀ ਬੀਵੀਆਂ ਆਪ ਨੂੰ ਦਿੱਤੀਆਂ ਕਿ ਜਿਹਨਾਂ ਨੇ ਕਾਰੇ ਨਬੂਵਤ ਆਪ ਦੇ ਨਾਲ ਸ਼ਿਰਕਤ ਕੀਤੀ ਜੋ ਕੰਮ ਨਬੀ ਦਾ ਸੀ ਉਹਨਾਂ ਕੀਤਾ ਸਾਰਾ ਦੀਨ ਅੱਗੇ ਤੋਂ ਅੱਗੇ ਪੁਜ਼ਾਰ ਸਭ ਤੋਂ ਉਹਦੇ ਜ਼ਿਆਦਾ ਹਿੱਸਾ ਹਜ਼ਰਤ ਉਮਰ ਮਨ ਐਸਾ ਸੀ ਕਰ ਲਾ ਹਜ਼ਰਤ ਖਦੀਜਾ ਪਹਿਲਾਂ ਫੌਤ ਹੋ ਗਈਆਂ ਬਾਕੀ ਜਿਹੜੀਆਂ ਸੀ ਉਹਨਾਂ ਨੂੰ ਏਡਾ ਵਕਸਨਾ ਮਿਲਿਆ ਇਹਨਾਂ ਦੇ ਜ਼ਰੀਏ ਦੀਨ ਬਹੁਤ ਫੈਲਿਆ ਸੀਰਤ ਐਸ਼ਾ ਦੀ ਕਰ ਦੀਨ ਪੜ੍ਹਨੀ ਚਾਹੀਦੀ ਸਈਦ ਸੁਲੇਮਾਨ ਦੀ ਕਿੰਨੇ ਲੋਕ ਆ ਕੇ ਦਵਾਤਾਂ ਹੀ ਦਵਾਤਾਂ ਮਸਜਿਦ ਬੈਠੇ ਆ ਅੰਮਾ ਅੰਦਰ ਬੈਠੀਆਂ ਕੋਈ ਹੁਣ ਕੁਰਾਨ ਪੜ੍ਹ ਰਿਹਾ ਹੁਣ ਹਦੀਸਾਂ ਹੱਲ ਹੋ ਰਹੀਆਂ ਹੁਣ ਫਿਕਾ ਹੱਲ ਹੋ ਰਹੀ ਹੈ ਅੰਮਾ ਨੂੰ ਤਾਂ ਅੱਲਾ ਨੇ ਚੁਣਿਆ ਤਾਂ 6 ਸਾਲ ਦੀ ਉਮਰ ਵਰਨਾ ਕੋਈ ਦੁਨੀਆ ਦਾ ਧੰਦਾ ਹੋਗਾ ਜੇ ਛੋਟੀ ਉਮਰ ਚੁਣਨਾ ਸੀ ਜ਼ਹੀਨ ਸਮਝ ਕੇ ਕਿ ਅੱਲਾ ਨੇ ਇੰਨੀ ਕਾਬਲੀਅਤ ਦਿੱਤੀ ਹੈ ਵੀ ਰਸੂਲਾਂ ਦਾ ਮਿਸ਼ਨ ਜਿਹੜਾ ਇਹਨੂੰ ਅੱਗੇ ਬੜਾ ਸਕਦੀ ਦੀਨ ਜਿਹੜਾ ਲੋਕਾਂ ਤੱਕ ਪਹੁੰਚਾ ਦੇ ਇਹਦੇ ਲਈ ਸੀਰਤ ਐਸ਼ਾ ਪੜ੍ਹਨੀ ਚਾਹੀਦੀ ਜਿਹੜੀ ਸਈਦ ਸੁਲੇਮਾਨ ਨਦੀ ਲਿਖੀ ਵੀ ਉਲਮਾ ਨਹੀਂ ਉਹ ਨੁਕਤੇ ਹੱਲ ਕਰ ਸਕੇ ਬੜੇ ਬੜੇ ਸਾਹਬਾ ਜਿਹੜੇ ਫਿਰ ਜਾਂਦੇ ਸੀ ਵਹਿਮਾਂ ਕੋ ਪੁੱਛੋ ਦੀਨ ਦੇ ਮਦਰਸੇ ਖੁੱਲ੍ਹ ਗਏ ਸੀ ਤੋ ਪੈਗੰਬਰੇ ਖੁਦਾ ਸਲਸਲ ਇਸ ਤੋਂ ਅੱਲਾ ਨੇ ਹੱਦਾਂ ਖਤਮ ਕਰਤੀਆਂ ਅਤੇ ਇੱਥੇ ਨਿਕਾਹ ਨਕੂਲੀ ਕੋਈ ਪਾਬੰਦੀਆਂ ਨਹੀਂ ਜਿੰਨੀਆਂ ਮਰਜ਼ੀ ਕਰ ਹੋਣੀਆਂ ਜਹਾਂ ਦੀਦਾਰ ਸਮਝਦਾਰ ਚਾਹੀਦੀਆਂ ਵਰਨਾ ਇਹ ਦੁਨਿਆਵੀ ਧੰਦਾ ਹੁੰਦਾ ਵੀ ਕੁਆਰੀਆਂ ਲੜਕੀਆਂ ਦੀ ਥੋੜ੍ਹੀ ਕਮੀ ਸੀ ਸੋਹਣੀਆਂ ਤੋਂ ਸੋਹਣੀਆਂ ਹਜ਼ੂਰ ਲੱਭ ਲੈਂਦੇ ਜਹਾਂ ਦੀਦਾ ਕਿਸੇ ਦਾ ਇੱਕ ਖਾਮਦ ਮਰਿਆ ਕਿਸੇ ਦੋ ਮਰੇ ਸਾਰੀਆਂ ਇੱਕ ਅੰਮਾ ਐਸ਼ਾ ਰਜ਼ੀ ਅੱਲਾਹ ਅਨਹਾ ਸਾਰੀਆਂ ਸਮਝਦਾਰ ਬੈਠੀਆਂ ਆਪਣੇ ਆਪਣੇ ਕਬੀਲਿਆਂ ਦੀਆਂ ਔਰਤਾਂ ਆ ਕੇ ਉਹਨਾਂ ਕੋਲ ਦੀਨ ਸਿੱਖ ਲਈਆਂ ਇਸ ਤੋਂ ਇਹ ਮਹਾਤੁਲ ਮੋਮਿਨੀਨ ਸਿਰਫ ਇਹ ਨਹੀਂ ਵੀ ਔਰਤਾਂ ਸੀ ਇਹਨਾਂ ਨੇ ਸਮਝੋ ਵੀ ਰਸੂਲਾਂ ਦਾ ਕੰਮ ਉਹਨਾਂ ਨੇ ਆਪਣੇ ਸਿਰ ਲਿਆ ਦੀਨ ਉਮਤ ਨੂੰ ਦੇ ਰਹੀਆਂ ਸੀ ਯਾਰ ਬਹੁਤ ਮਰਦਾਂ ਤੋਂ ਇਲਾਵਾ ਜਿਹੜਾ ਔਰਤਾਂ ਦਾ ਹਿੱਸਾ ਸਾਰਾ ਇਹਨਾਂ ਦੇ ਜਿਹੜੀ ਪਹੁੰਚ ਇਹਸਾਨ ਮੰਨ ਰਿਹਾ ਉਮਤ ਇਹਨਾਂ ਦੀ ਇਸ ਬਾਰੇ ਅੱਲਾਹ ਤਾਲਾ ਕੁਰਾਨ 'ਚ ਕਹਿਤਾ ਵੀ ਇਹਨਾਂ ਨਾਲ ਮੈਂ ਤਦੇ ਨਿਕਾਹ ਹਰਾਮ ਕਰਦਾ ਵੀ ਕੋਈ ਖਬੀਸ ਨਾ ਸੋਚੇ ਵੀ ਰਸੂਲਾਂ ਤੋਂ ਬਾਅਦ ਮੈਂ ਇਹਨਾਂ ਨਾਲ ਨਿਕਾਹ ਕਰ ਲੈਣਾ ਇਹ ਮਾਵਾਂ ਤੁਹਾਡੀਆਂ ਅਜ਼ਵਾਜ਼ ਉਹ ਮਹਾਤਮ ਮੋਮਿਨ ਇਹ ਮੋਮਨਾਂ ਦੀਆਂ ਮਾਵਾਂ ਇੱਥੇ ਨਿਕਾਹ ਨੂੰ ਵਾਲੀ ਗੱਲ ਨਹੀਂ ਜਿਹਨੇ ਸੋਚਣੀ ਹਰਾਮ ਆ ਤੁਸੀਂ ਮਾਵਾਂ ਸਮਝ ਕੇ ਇਹਨਾਂ ਕੋਲ ਸਿੱਖੋ ਅਤੇ ਤੁਹਾਡੀਆਂ ਔਰਤਾਂ ਵੀ ਇਹਨਾਂ ਕਾ ਕੇ ਭੈਣ ਧੀਆਂ ਭੈਣਾਂ ਆਪ ਆਪਣੇ ਕਬੀਲਿਆਂ ਦਾ ਦੀਨ ਜਿਹੜਾ ਔਰਤਾਂ 'ਚ ਮਹਾਤਮ ਮੋਮਿਨੀਨ ਰਜ਼ੀ ਅੱਲਾਹ ਅਨਹੁ ਪਹੁੰਚਾ ਬੜਾ ਵੱਡਾ ਕੰਮ ਕੀਤਾ ਬਹੁਤ ਕੰਮ ਦੀਨ ਦਾ ਸਵਾਲ ਇਸ ਤੋਂ ਅੱਲਾਹ ਪਾਕ ਨੇ ਅਜ਼ਵਾਜ਼ੇ ਰਸੂਲ ਨੂੰ ਮੋਮਨਾਂ ਦੀਆਂ ਮਾਵਾਂ ਕਿਹਾ ਵੀ ਜਿਵੇਂ ਮਾਂ ਦੇ ਬਾਰੇ ਤੁਸੀਂ ਨਹੀਂ ਸੋਚ ਸਕਦੇ ਵੀ ਇਹਨਾਂ ਨਾਲ ਅਸੀਂ ਨਿਕਾਹ ਕਿਉਂ ਹਰਾਮ ਹੈ ਤੁਹਾਡੇ 'ਚ ਨਿਕਾਹ ਬਰਾ ਤਨ ਕਿ ਅਜ਼ਵਾਜ਼ ਬਾਦ ਅਬਲਾ ਖਬਰਦਾਰ ਖਬਰਦਾਰ ਕਿਆਮਤ ਤੱਕ ਇਹਨਾਂ ਨੂੰ ਨਿਕਾਹ ਦਾ ਸੋਚਣਗੇ ਮਾਂ ਸਮਝ ਕੇ ਲੋਕ ਜਾਂਦੇ ਸੀ ਪੁੱਛਦੇ ਸੀ ਪਰਦੇ ਦੇ ਪਿੱਛੋਂ ਪੁੱਛੀ ਜਾਂਦੇ ਦੱਸਦੇ ਤਾਂ ਰਸੂਲ ਕਰੀਮ ਅਲੈਹਿ ਸਲਾਮ ਦੀ ਅਜ਼ਵਾਜ਼ੇ ਮੁਤਹਰਾਤ ਕਾਰੇ ਨਬੂਵ ਸ਼ਰੀਕ ਆ ਬੰਦਿਆਂ 'ਚ ਹਜ਼ੂਰ ਨਬੀ ਆਪ ਕੰਮ ਕਰਦੇ ਸੀ ਔਰਤਾਂ ਦੇ ਹਿੱਸੇ 'ਚ ਇਹਨਾਂ ਕੰਮ ਸੰਭਾਲਿਆ ਬਹੁਤ ਦਿਨ ਦਾ ਕੰਮ ਕੀਤਾ ਉਮਤ ਇਹਨਾਂ ਦੀ ਅਹਿਸਾਨ ਮੰਦ ਹੈ ਨਾ ਰਹਿ ਕਿ ਉਹ ਲੋਕ ਜਿਹੜੇ ਗੁਸਤਾਖੀਆਂ ਬੈਦਮੀਆਂ ਕਰ ਬਾਕੀ ਕੋਈ ਸਮਝੇ ਵੀ ਗਲਤੀਆਂ ਨਹੀਂ ਹੁੰਦੀਆਂ ਹਜ਼ਰਤ ਆਦਮ ਅਲੈਹਿ ਸਲਾਮ ਜਿਹੜੇ ਸਾਰਿਆਂ ਦੇ ਬਾਪ ਹੈ ਅਤੇ ਨਬੀ ਸੀ ਉਹਨਾਂ ਕੋਲ ਨਹੀਂ ਹੋਈ ਜੰਨਤ 'ਚੋਂ ਨਹੀਂ ਨਿਕਲੋ ਕਿਉਂ ਤੁਸੀਂ ਐਵੇਂ ਗਲਤੀਆਂ ਸ਼ੁਮਾਰ ਕਰਕੇ ਕਹਿ ਦਿੰਦੇ ਜੀ ਵੀ ਇਸ ਤੋਂ ਬਾਅਦ ਹੁਣ ਇੱਜ਼ਤ ਹੀ ਕੋਈ ਨਹੀਂ ਰਹੀ ਇਨਸਾਨ ਲਈ ਇਹ ਮਿਆਰ ਕਿਤੇ ਖੁਦਾ ਨੇ ਦੱਸਿਆ ਬਸ਼ਰ ਗਲਤੀ ਨਾ ਕਰੇ ਇਹ ਅਗਰ ਹੋਵੇ ਪਾਸ ਕਿਨ ਹੋਣਾ ਫਿਰ ਕੋਈ ਜਾਨ ਛੁਡਾ ਸਕਦਾ ਕੋਈ ਹਯਾ ਕਰੋ ਗਲਤੀਆਂ ਇਨਸਾਨਾਂ ਕੋਲ ਹੁੰਦੀਆਂ ਮਗਰ ਜਾਣ ਬੁੱਝ ਕੇ ਨਹੀਂ ਹੋਣੀਆਂ ਚਾਹੀਦੀਆਂ ਆਦਮੀ ਨੂੰ ਬਚ ਕੇ ਰਹਿਣਾ ਚਾਹੀਦਾ ਮਗਰ ਇਨਸਾਨ ਹੈ ਗਲਤੀ ਹੋ ਸਕਦੀ ਇਹਤਰਾਮ ਕਮੀ ਨਹੀਂ ਹੋ ਵਰਨਾ ਕੁਝ ਦਲੇਰੀ ਕਰੇ ਪਹਿਲਾਂ ਆਦਮ ਅਲੈਹਿ ਸਲਾਮ ਦੇ ਦੁਆਲੇ ਹੋਵੇ ਕਿ ਉਹਨੇ ਜੰਨਤ 'ਚੋਂ ਸਾਨੂੰ ਚੁੱਕ ਕੇ ਬਾਹਰ ਮਾਰਿਆ ਮੁਜਰਮ ਤੌਬਾ ਤੌਬਾ ਉਹ ਅੱਲਾਹ ਦਾ ਚੁਣਿਆ ਪੈਗੰਬਰ ਗਲਤੀ ਹੋ ਗਈ ਤਦ ਕੀ ਤੋ ਅਗਰ ਕਿਸੇ ਅਜ਼ਵਾਜ਼ੇ ਮੁਤਹਰਾਤ 'ਚੋਂ ਵੀ ਅਗਰ ਕੋਈ ਐਸਾ ਕੰਮ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਜਿਸ 'ਤੇ ਉਹ ਪਛਤਾਉਂਦੀਆਂ ਰਹੀਆਂ ਲੋਕ ਉਸੇ ਗੱਲ ਨੂੰ ਰੋਂਦੇ ਰਹਿਣ ਤਾਂ ਫਿਰ ਪਿਛਲੇ ਪੈਗੰਬਰਾਂ ਦੇ ਦੁਆਲੇ ਹੋ ਜਾਣ ਨੂਹ ਅਲੈਹਿ ਸਲਾਮ ਨੇ ਜੋ ਕੁਝ ਕੀਤਾ ਕੁਰਾਨ 'ਚ ਆਇਆ ਇੰਨੀ ਆਇਆ ਜ਼ੁਕਾਨ ਤਕੂਨਾ ਮੇਰਾ ਜਾਹਿਲ ਬੜੀ ਡਾਂਟ ਆਈ ਹੈ ਕਿ ਮੈਂ ਤੁਝੇ ਡਾਂਟਦਾ ਹੋ ਕਿ ਜਾਹਿਲੋਂ ਮੈਂ ਸਰਾਓ ਪੁੱਤਰ ਹੀ ਦੁਆ ਮੰਗ ਬੈਠੇ ਇਬਰਾਹੀਮ ਅਲੈਹਿਸਲਾਮ ਨਹੀਂ ਆਉਂਦਾ ਉਹਦੀ ਸਾਰੀ ਜ਼ਿੰਦਗੀ ਨਮੂਨਾ ਮਗਰ ਆਪਣੇ ਬਾਪ ਦੀ ਜਿਹੜੀ ਉਹਨੇ ਦੁਆ ਕੀਤੀ ਗਲਤ ਕੰਮ ਹੈ
ਕਦੀ ਹੋ ਗਈ ਆ ਤੇ ਪਛਤਾ